ਅਸਲਾਮ ਅਲੈਕਮ ਜੀ ਲਓ ਜੀ ਹੁਣ ਨਾ ਤੁਸੀਂ ਪਿੰਡਾਂ ਦੇ ਵਿੱਚ ਫਿਰਦੇ ਤੁਰਦੇ ਕਿਸੇ ਵੀ ਪਿੰਡ ਚਲ ਜਾਓ ਉੱਥੇ ਜਾ ਕੇ ਇੱਕ ਨਵਾਂ ਹੁਣ ਕੰਮ ਚੱਲ ਪਿਆ ਹੋਇਆ ਕਹਿਣਗੇ ਆ ਜਵਾਈਆਂ ਵਾਲਾ ਮਹੱਲਾ ਆ ਯਾਰ ਫਲਾਨਿਆਂ ਦਾ ਜਵਾਈ ਆ ਫਲਾਨੀ ਜਗ੍ਹਾ ਤੋਂ ਉੱਠ ਕੇ ਆਇਆ ਹੋਇਆ ਯਾਰ ਗੱਲ ਮੈਨੂੰ ਸਮਝ ਨਹੀਂ ਲੱਗਦੀ ਵੀ ਅੱਲਾ ਜਾਣਦਾ ਇਹ ਲੋਕਾਂ ਦੇ ਕਾਹ ਤੋਂ ਸਮਝਦਾਰ ਬੰਦਿਆਂ ਦੀ ਗੱਲ ਕਾਹ ਤੋਂ ਸਮਝ ਨਹੀਂ ਆਉਂਦੀ ਉਹ ਕਮਲਿਓ ਬੰਦਾ ਸਾਫ਼ ਭੁੱਖਾ ਵੀ ਬੈਠਾ ਹੋਵੇ ਆਪਣੇ ਪਿੰਡ ਰਵੇ ਸਹੁਰਿਆਂ ਦੇ ਪਿੰਡ ਜਾ ਕੇ ਕੋਈ ਕੰਮ ਕਾਨਾ ਜਾਂ ਕਾਰੋਬਾਰ ਕਰਨਾ ਇਹਨੂੰ ਲੋਕ ਬੜੀ ਦਿਨਾਈ ਸਮਝਦੇ ਆ ਬੜੀ ਇਹਨੂੰ ਗੱਲ ਸਮਝਦੇ ਆ ਫਿਰ ਲੋਕ ਉਸ ਪਿੰਡ ਵਾਲੇ ਮਜ਼ਾਕ ਦੇ ਨਾਲ ਹੀ ਡਰਾਮਾ ਬਣਾ ਲੈਂਦੇ ਆ ਕਹਿਣਗੇ ਆ ਜਵਾਈਆਂ ਵਾਲਾ ਮੱਲਾ ਆ ਫਲਾਨਿਆਂ ਦਾ ਜਵਾਈ ਆ ਆ ਓਪਨ ਪਾਇਆ ਹੋਇਆ ਵਾ ਉਹ ਪੰਜ ਸੱਤ ਮੁੰਡੇ ਕੰਮ ਕਰਦੇ ਹੋਣਾ ਤੇ ਵਿੱਚ ਪੁੱਛ ਲੋ ਆਹ ਕੌਣ ਆ ਕਹਿਣਗੇ ਓਪਨ ਪਾਇਆ ਦੇਖੋ ਤਾਂ ਕਿੱਡੀ ਬੁਰੀ ਗੱਲ ਆ ਤੇ ਕਿੱਡੀ ਨਕਾਤੀ ਵਾਲੀ ਗੱਲ ਵਾ ਉਹ ਇਦਾਂ ਹੀ ਇੱਕ ਦਿਨ ਅਸੀਂ ਨੇ ਘੁੰਮਦੇ ਘਮੁੰਦੇ ਚੱਲ ਗਏ ਭਾਈ ਤੇ ਉਹ ਰਾਹ ਦੇ ਵਿੱਚ ਨਾ ਇੱਕ ਪਿੰਡ ਦੇ ਵਿੱਚ ਨਾ ਬੰਦਾ ਇੱਕ ਦਾਣੇ ਭੁੰਨੇ। ਅਸੀਂ ਕਹਾਂ ਚੱਲ ਯਾਰ ਇਹ ਤੋਂ ਦਾਣੇ ਲੈਨੇ ਆਂ ਅਸੀਂ ਉਹਦੇ ਕੋਲ 50 ਰੁਪਈਆ ਦੇਨੇ ਦਾਣੇ ਉਹ ਲੈ ਆ ਉਹਦੇ ਕੋਲ। ਤੇ ਮੈਂ ਉਹਨੂੰ ਪੁੱਛਿਆ ਮੈਂ ਕਹਾਂ ਯਾਰ ਆ ਤੁਹਾਡੇ ਪਿੰਡ ਮੈਂ ਕਹਾਂ ਫਲਾਨਾ ਫਲਾਨਾ ਬੰਦਾ ਯਾਰ ਉਹਦੇ ਕੋਲ ਅਸੀਂ ਜਾਣਾ ਕਿੱਥੇ ਕਾ ਘਰ। ਤੇ ਉਹ ਅੱਗੇ ਮੈਨੂੰ ਕਹਿੰਦਾ ਆਖੇ ਯਾਰ ਮੈਂ ਇਸ ਪਿੰਡ ਦਾ ਤਾਂ ਨਹੀਂਗਾ। ਮੈਂ ਕਹਾਂ ਤੂੰ ਕਿੱਥੇ ਦਾ ਕਹਿੰਦਾ ਮੈਂ ਇਸ ਪਿੰਡ ਦਾ ਜਵਾਈ ਆਂ ਕਿ ਮੈਂ ਤਾਂ ਝੰਗਦਾ। ਤੇ ਮੈਂ ਉਹਨੂੰ ਕਿਹਾ ਮੈਂ ਕਹਾਂ ਵੀ ਤੂੰ ਇਹ ਸੌਰਿਆਂ ਦੇ ਪਿੰਡ ਆਣ ਕੇ ਦਾਣੇ ਭੁੰਨਣ ਡਿਆ ਪਿੱਛੇ ਅੱਗ ਨਹੀਂ ਬਲਦੀ। ਇੰਨੀ ਕਿਝਾਲਤ ਹੋ ਗਈ ਆ ਐਡੀ ਕਿ ਜਹਲੀਅਤ ਆ ਤੁਸੀਂ ਹਿਸਾਬ ਲਾ ਲਓ ਵੀ ਉਹ ਕੀ ਸੌਰਿਆਂ ਦੀ ਇੱਜ਼ਤ ਹੋਊਗੀ ਜਾਂ ਕੀ ਗੱਲ ਹੋਊਗੀ ਲਓ ਜੀ ਦਾਣੇ ਸੌਰਿਆਂ ਤੇ ਪਿੰਡ ਭੁੰਨਣ ਡਿਆ ਇਸ ਕਰਕੇ ਥੋੜਾ ਜਿਆ ਸੋਚਿਆ ਜਰੂਰ ਕਰੋ ਕੰਮ ਕਰਨ ਨੂੰ ਹੋਰ ਵੀ ਜਗ੍ਹਾ ਹੁੰਦੀਆਂ ਬੰਦ ਜਵਾਈ ਲੋਹਰੋਂ ਤੋਰਦਾ ਵਾ ਆਣ ਕੇ ਇਹਨਾਂ ਪਿੰਡਾਂ ਦੇ ਵਿੱਚ ਆਣ ਕੇ ਉਹ ਰੀੜੀ ਲਾਉਂਦਾ ਜਾਂ ਕੋਈ ਕੰਮ ਕਰਦਾ ਜਾਂ ਕੋਈ ਵੀ ਲਾ ਲਓ ਮਿਹਨਤ ਮਜ਼ਦੂਰੀ ਕਰਦਾ ਬੰਦਾ ਪੁੱਛੇ ਵੀ ਪਿੱਛੇ ਜਿਹੜੇ ਸਾਰੇ ਪਿੰਡ ਵਾ ਉਜੜ ਗਏ